Subscribe to our YouTube channel. Press the bell icon to get the latest updates. ਕਹਿਣਾ ਚਾਹੁੰਦੇ ਹੋ ਕਿਹੜਾ ਕੱਲ ਜਿਹੜਾ ਵਾਕਿਆ ਹੋਇਆ ਪ੍ਰਧਾਨ ਮੈਂ ਕੀ ਕਹਿਣਾ ਚਾਹੁੰਦਾ ਮੈਂ ਬਹੁਤ ਇਹਦੀ ਨਿਖੇਧੀ ਕਰਦਾ ਹਾਂ ਮੈਂ ਸਮਝਦਾ ਬਿਲਕੁਲ ਮਾੜਾ ਕੰਮ ਹੋਇਆ ਪੰਜਾਬ ਦੀ ਬੇਇੱਜ਼ਤੀ ਹੈ ਇਹਦੇ ਵਿੱਚ ਔਰ ਸਾਰੇ ਪੰਜਾਬ ਦੇ ਬਾਰੇ ਜੋ ਕੁਝ ਹੋਇਆ ਔਰ ਜਿਨ੍ਹਾਂ ਨੇ ਕੀਤਾ ਹੈ ਅੱਜ ਸੂਰਜ ਸਾਰੀ ਦੁਨੀਆ ਜੋ ਕੈਮਰੇ 'ਚ ਆਪਣੇ ਟੈਲੀਵਿਜ਼ਨ ਦੇਖਦੀ ਹੈ ਉਹ ਵੀ ਹੱਸ ਰਹੇ ਹੋਣੇ ਡਾਕਟਰ ਸਾਹਿਬ ਪੀਐਮ ਸਾਹਿਬ ਅੱਜ ਮਿਲ ਕੇ ਆਏ ਰਾਸ਼ਟਰਪਤੀ ਜੀ ਨੂੰ ਪਿੱਛੋਂ ਕਹਣਾ ਮੈਨੂੰ ਨਹੀਂ ਜੋ ਪ੍ਰਾਈਮ ਮਿਨਿਸਟਰ ਔਰ ਰਾਸ਼ਟਰਪਤੀ ਗੱਲਬਾਤ ਹੈ ਉਹ ਤਾਂ ਉਹਨਾਂ ਨੇ ਆਪਣੇ ਵਿੱਚ ਸਾਨੂੰ ਨੇ ਚਰਜੀ ਸਿੰਘ ਚੰਨੀ ਜੀ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਕੋਈ ਵੀ ਅਣਗਹਿਲੀ ਨਹੀਂ ਹੈਗੀ ਜੋ ਪ੍ਰੋਟੋਕੋਲ ਦੇ ਮੁਤਾਬਕ ਇਸ ਥੋੜੀ ਦਿੱਤੀ ਬਿਲਕੁਲ ਝੂਠ ਬੋਲਦਾ ਹੈ ਸਰ ਸਿੱਧੂ ਸਾਹਿਬ ਜਿਹੜਾ ਮੈਂ ਤੁਹਾਨੂੰ ਦੱਸਦਾ ਹਾਂ ਇਹਨਾਂ ਦਾ ਸਿਸਟਮ ਕੀ ਹੈ ਮੈਂ 9.5 ਸਾਲ ਇਹਨੂੰ ਤਾਂ 3 ਮਹੀਨੇ ਹੋਏ ਨੇ 2 ਮਹੀਨੇ ਚੀਫ ਮਿੰਟਰ ਰਹੇ ਨੇ ਜਦ ਸਿਸਟਮ ਉਹਨੇ ਪ੍ਰਾਈਮ ਮਿਨਿਸਟਰ ਦਾ ਕਿ ਵੀਆਈਪੀ ਦਾ ਉਹਦੇ ਵਿੱਚ ਵੀ ਹੈ ਜਿਹੜਾ ਇਹ ਜਿਹੜਾ ਹੈ ਇਹਦੇ ਵਿੱਚ 3 ਆਲਟਰਨੇਟਿਵ ਰੂਟ ਹੁੰਦੇ ਨੇ ਕਿ ਅਗਰ ਇੱਧਰੋਂ ਨਹੀਂ ਪਹਿਲਾਂ ਤਾਂ ਉਹਨਾਂ ਨੇ ਆਉਣਾ ਸੀਗਾ ਬਾਈ ਏਅਰ ਫਰੋਮ ਡੈਲੀ ਉੱਥੋਂ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੇ ਫਿਰੋਜ਼ਪੁਰ ਜਾਣਾ ਸੀ ਮੌਸਮ ਖਰਾਬ ਸੀ ਫਿਰ ਐੱਸ ਪੀ ਜੀ ਇੱਕ ਆਪਣੀ ਕਨਵੋਈ ਰੱਖਦੀ ਹੈ ਉਹ 3 ਸੜਕਾਂ ਦਾ ਇਹਨਾਂ ਨੇ ਆਲਟਰਨੇਟਿਵ ਬਣਾਇਆ ਹੁੰਦਾ ਕਿ ਇਹ ਸੜਕ 'ਤੇ ਜਾਂ ਦੂਜੀ ਸੜਕ 'ਤੇ ਜਾਂ ਤੀਜੀ ਸੜਕ 'ਤੇ ਔਰ ਉਸ ਤੋਂ ਬਾਅਦ ਫਿਰ 3 ਇਹੋ ਜਿਹੇ ਸੇਫ ਹਾਊਸ ਵੀ ਰੱਖੇ ਜਾਂਦੇ ਨੇ ਦੈਟ ਇਜ਼ ਅ ਥਿੰਗ ਇਹ ਸਭ ਕੁਝ ਪੰਜਾਬ ਪੁਲਿਸ ਪੰਜਾਬ ਸਰਕਾਰ ਔਰ ਦਿੱਲੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੀ ਟੀਮ ਹੈ ਉਹ ਰਲ ਕੇ ਬਣਾਉਂਦੀ ਹੈ ਅਤੇ ਅੱਜ ਕਹਿਣਾ ਕਿ ਸਾਨੂੰ ਪਤਾ ਹੀ ਨਹੀਂ ਸੀ ਆਇਆ ਬਿਲਕੁਲ ਝੂਠ ਬੋਲਦਾ ਸੁਖਜਿੰਦਰ ਬੋਲਦਾ ਝੂਠ ਚੀਫ ਮਿਨਿਸਟਰ ਬੋਲਦਾ ਝੂਠ ਔਰ ਸਿੱਧੂ ਵੀ ਸਾਰੇ ਵੀ ਜਿਹੜੇ ਬੋਲਦੇ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਹੈ ਕਿਸੇ ਨੂੰ ਮਿਲਣ ਜਾ ਰਹੇ ਹੋ ਵਕਤ ਮਿਲੇਗਾ ਕਿਸੇ ਨੂੰ ਇਨਵੈਸਟ ਜੇ ਜਦੋਂ ਕਦੇ ਬ੍ਰੇਕਡਾਊਨ ਹੁੰਦੀ ਹੈ ਲਾਅ ਐਂਡ ਆਰਡਰ ਦੀ ਇਟ ਇਜ਼ ਮੀਨਸ ਕਿ ਰਾਸ਼ਟਰਪਤੀ ਰਾਜ ਪੰਜਾਬ ਕਿੰਨੀ ਵਾਰ ਰਿਹਾ ਰਾਸ਼ਟਰਪਤੀ ਰਾਜ 3-4 ਵਾਰ ਰਿਹਾ ਆਹ ਤੁਹਾਡਾ ਕਿਆ ਰੇਟ ਹੀ ਨਹੀਂ ਪ੍ਰਾਈਮ ਮਿਨਿਸਟਰ ਨੇ ਜਾਣਾ ਸੀ ਤੁਹਾਡੇ ਹੁਸੈਨੀਵਾਲਾ ਬਾਰਡਰ 'ਤੇ ਹੈ ਆਹ ਸੜਕ ਹੈ ਇਹ ਪਾਕਿਸਤਾਨ ਹੈ ਇਹ ਹਿੰਦੂ ਅਮੈਰੀਕਨ 10 ਗਜ਼ ਵੀ ਨਹੀਂ ਉਹਦੀ ਸੁਰੱਖਿਆ ਨਹੀਂ ਹੋਣੀ ਚਾਹੀਦੀ ਪ੍ਰਾਈਮ ਮਿਨਿਸਟਰ ਦੀ ਆਹ ਜਿਹੜਾ ਨਹੀਂ ਕਿਲੋਮੀਟਰ ਨਹੀਂ 100 ਗਜ਼ ਵੀ ਨਹੀਂ ਹੈ ਹੁਸੈਨੀਵਾਲਾ ਮੈਂ ਤਾਂ ਉੱਥੇ ਲੜਿਆ ਬਈ ਔਰ ਜਿਹੜਾ ਦੂਜਾ ਤੁਹਾਡਾ ਇੱਥੇ ਜਿੱਥੇ ਪੁਲ 'ਤੇ ਸੀ ਜਿੱਥੇ ਪੁਲ 'ਤੇ ਉਹਨਾਂ ਨੂੰ ਰੋਕਿਆ ਗਿਆ ਉਹ 10 ਕਿਲੋਮੀਟਰ ਹੈ ਪਾਕਿਸਤਾਨ ਬਾਰਡਰ ਪਾਕਿਸਤਾਨ ਬਾਰਡਰ ਦੇ ਕੋਲ ਤੁਹਾਡਾ ਕੋਲ ਤੋਪਖਾਨਾ ਨਹੀਂ ਹੈ 65 ਮੀਟਰ ਦਾ ਤੋਪਖਾਨੇ ਦਾ ਘੋੜਾ ਸਿੱਟਦੇ ਨੇ ਔਰ ਆਹ 10 ਕਿਲੋਮੀਟਰ 'ਤੇ ਪ੍ਰਾਈਮ ਮਿਨਿਸਟਰ ਹੈ ਔਰ ਤੁਹਾਡੀ ਕੋਲ ਉਹਨਾਂ ਦੀ ਕੋਈ ਸੁਰੱਖਿਆ ਨਹੀਂ ਵਟ ਇਜ਼ ਦਿਸ ਔਰ ਇਹ ਨਹੀਂ ਕਿ ਤੁਸੀਂ ਪੁਲਿਸ ਨੂੰ ਬਲੇਮ ਕਰੋ ਪੁਲਿਸ ਦਾ ਕੰਮ ਨਹੀਂ ਹੈ ਇਹ ਕੰਮ ਕਰਨਾ ਇਹ ਜ਼ਿੰਮੇਵਾਰ ਹੈ ਚੀਫ ਮਿਨਿਸਟਰ ਐਂਡ ਦ ਹੋਮ ਮਿਨਿਸਟਰ ਆਫ ਪੰਜਾਬ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿਸੇ ਆਈ ਜੀ ਨੂੰ ਕੱਢ ਦਿਓ ਕਿਸੇ ਡੀ ਜੀ ਨੂੰ ਕੱਢ ਦਿਓ ਇਹ ਕਿਆ ਮਤਲਬ ਹੈ ਇਹਨਾਂ ਨੂੰ ਕੱਢੋ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਇੱਥੇ ਅਣਗਹਿਲੀ ਕੀਤੀ ਹੈ ਕਾਨੂੰਨ ਵਾਪਸ ਲੈ ਲਿਆ ਫਿਰ ਵੀ ਕਿਸਾਨ ਅੰਦੋਲਨ ਸੜਕਾਂ ਤੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਚੋਣ ਪ੍ਰਚਾਰ ਵੀ ਕਰਨਾ ਕਿਸ ਤਰ੍ਹਾਂ ਹੋਏਗਾ ਕਿਆ ਖੇਤੀਬਾੜੀ ਕਾਨੂੰਨ ਵਾਪਸ ਵੀ ਲੈ ਲਏ ਗਏ ਹੈ ਫਿਰ ਵੀ ਕਿਸਾਨ ਅੰਦੋਲਨ ਸੜਕਾਂ ਤੇ ਪੰਜਾਬ ਚ ਕਰ ਰਹੇ ਗੁੱਸਾ ਰਹਿੰਦਾ 407 ਨਹੀਂ ਕਿਸਾਨ ਮਰੇ 407 ਬੰਦੇ ਮਰੇ ਨੇ ਤੁਹਾਡਾ ਖਿਆਲ ਕਿ ਉਹਨਾਂ ਨੂੰ ਰੋਸ ਨਹੀਂ ਉਹਨਾਂ ਪਰਿਵਾਰਾਂ ਦੇ ਵਿੱਚ ਜਾਂ ਉਹਨਾਂ ਜਥੇਬੰਦੀਆਂ ਵਿੱਚ ਹੋ ਜਾਏਗਾ ਠੀਕ ਹੋ ਜਾਏਗਾ ਕੈਪਟਨ ਰਾਜੇਵਾਲ ਨੇ ਆਪਣੀ ਪਾਰਟੀ ਬਣਾਈ ਹੈ ਕੋਈ ਗੱਲਬਾਤ ਚੱਲ ਰਹੀ ਹੈ ਤੁਹਾਡੇ ਨਾਲ ਕੋਈ ਅਲਾਈਅੰਸ ਹੋ ਸਕਦਾ ਸਰ ਪੀਐਲਸੀ ਤੇ ਬੀਜੇਪੀ ਸਾਡੇ ਹੈ ਭਾਰਤੀ ਜਨਤਾ ਪਾਰਟੀ ਸਾਡਾ ਆਪਣਾ ਆਪਣੀ ਪਾਰਟੀ ਔਰ ਟੀਚਰ ਸਾਹਿਬ ਦੀ ਟਿਕਟ ਕਰੋ ਤਾਂ ਸਮਝੋ ਜੀ ਕੈਪਟਨ ਸਾਹਿਬ ਕਾਨੂੰਨੀ ਮੈਂ ਨਹੀਂ ਜਾਣਦਾ ਇਹਨਾਂ ਨੂੰ ਮੈਨੂੰ ਪਤਾ ਇੱਕੋ ਗੱਲ ਕਿ ਇੱਕ ਐਸਟੀਐਫ ਲਾਈਸੈਂਸ ਹਰਪ੍ਰੀਤ ਸਿੱਧੂ ਦੀ ਐਸਟੀਐਫ ਦੀ ਰਿਪੋਰਟ ਇੱਕ ਬੰਦ ਲਿਫਾਫੇ ਦੇ ਵਿੱਚ ਹਾਈਕੋਰਟ ਦੇ ਵਿੱਚ ਰੱਖੀ ਗਈ ਠੀਕ ਹੈ ਦੂਸਰਾ ਫਿਰ ਹਾਈਕੋਰਟ ਨੇ ਇੱਕ ਚੱਟੋਪਾਧਿਆ ਦੀ ਕਮੇਟੀ ਬਣਾਈ ਉਹਨਾਂ ਨੇ ਵੀ ਬੰਦ ਲਿਫਾਫਿਆਂ 2 ਚਿੱਠੀਆਂ ਉੱਥੇ ਹਾਈਕੋਰਟ ਰੱਖੀਆਂ ਹੁਣ ਉਹ ਹਾਲੇ ਖੁੱਲ੍ਹੀਆਂ ਨਹੀਂ ਤੁਸੀਂ ਪਹਿਲਾਂ ਹੀ FIR ਕਰ ਦਿਓ ਕਿਸ 'ਤੇ ਬੇਸ ਕੀਤਾ ਤੁਸੀਂ ਆਪਣਾ FIR ਕਿਸੇ ਚੀਜ਼ 'ਤੇ ਤਾਂ ਬੇਸ ਕਰਨਾ ਪਊਗਾ ਜਦ ਕਿਸੇ ਦੁਨੀਆ ਨੂੰ ਪਤਾ ਨਹੀਂ ਕਿ ਉਹਦੇ ਵਿੱਚ ਹੈ ਕੀ ਤਾਂ ਕੌਣ ਕਰੂਗਾ FIR ਔਰ ਕਿਹੜੇ ਕਿਹੜੇ ਸੈਕਸ਼ਨ ਦੇ ਥੱਲੇ ਕਰੋਗੇ ਇਹ ਮੇਰਾ ਹੈ ਮੈਂ ਕਿਸੇ
ਇਹ ਡਰੱਗ ਵਾਲਿਆਂ ਦੇ ਹੱਕ 'ਚ ਨਹੀਂ। 65,000 ਬੰਦੇ ਮੈਂ ਫੜੇ ਨੇ ਮੇਰੇ ਵੇਲੇ ਜਦ ਪੀਕ 'ਤੇ ਸੀ 65,000 ਬੰਦੇ ਜੇਲ੍ਹ ਦੇ ਵਿੱਚ ਜੋ ਇਸ ਨਸ਼ਿਆਂ ਦੇ ਵਿੱਚ ਸੀਗੇ। ਜਿਸ ਦਿਨ ਮੈਂ ਛੱਡਿਆ 18 ਸਪਟੰਬਰ ਨੂੰ ਉਹ 45,000 ਤੇ ਆ ਗਏ ਸੀ ਕਿਉਂਕਿ ਕਈ ਬੇਲ ਲੈ ਗਏ ਕਈ ਕੋਰਟਾਂ ਨੇ ਛੱਡਤੇ ਵਗੈਰਾ ਕੁਛ। ਔਰ ਉਹਦੇ ਵਿੱਚ 6 ਬੰਦੇ ਸੀ ਜੋ ਬਿਗ ਫਿਸ਼ ਕਹਿੰਦੇ ਨੇ ਵੱਡੀ ਮੱਛੀ। ਇੱਕ ਅਸੀਂ ਹਾਂਗਕਾਂਗ ਜੇਲ੍ਹ ਦੇ ਵਿੱਚ ਹੈ ਚਾਈਨਾ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੀ ਗੱਲ ਚੱਲ ਰਹੀ ਹੈ ਉਹਨੂੰ ਛਡਾਉਣ ਵਾਸਤੇ। ਔਰ ਇੱਕ ਰੋਮ ਦੇ ਵਿੱਚ ਇੰਟਰਪੋਲ ਨੇ ਫੜਿਆ ਹੋਇਆ ਇਹ 2 ਆਰਮੀਨੀਆ ਔਰ ਇੱਕ ਜੋਰਜੀਆ ਤੋਂ ਇੱਕ ਇੱਕ ਅਸੀਂ ਵਾਪਸ ਲਿਆਏ ਹਾਂ ਹੁਣ ਪੰਜਾਬ ਦੇ ਸਾਡੇ ਕੋਲ ਵਿਰਾਸਤ ਦੇ ਵਿੱਚ ਨੇ। ਔਰ 2 ਬੰਦੇ ਹੋਰ ਨੇ ਇੱਕ ਆਰਮੀਨੀਆ ਦੇ ਵਿੱਚ ਔਰ ਇੱਕ ਸਪੇਨ ਦੇ ਵਿੱਚ ਜਿਹਦੇ ਮਗਰ ਅਸੀਂ ਲੱਗੇ ਹੋਏ ਸੀ ਮੇਰੀ ਗਵਰਨਮੈਂਟ ਲੱਗੀ ਹੋਈ ਸੀ ਹੁਣ ਇਹ ਲੱਗੇ ਹੋਣੇ ਔਰ ਇਸ ਵਾਸਤੇ। ਸੋ ਅਸੀਂ ਬਿਲਕੁਲ ਮੈਂ ਇਹ ਨਸ਼ਿਆਂ ਦੇ ਖਿਲਾਫ ਹੈ ਮੈਂ ਟੋਟਲੀ ਖਤਮ ਕਰਨਾ ਚਾਹੁੰਦਾ। ਲੇਕਿਨ ਮੈਂ ਅੱਜ ਕਮੈਂਟ ਕਰਾਂ ਕਿਸੇ ਹੋਰ ਦੇ ਬਾਰੇ ਜਿਹਦਾ ਮੈਨੂੰ ਕੇਸ ਦਾ ਨਹੀਂ ਪਤਾ ਦੈਟ ਆਈ ਡੋਂਟ ਨੋ। ਲੇਕਿਨ ਜਿਹੜੇ ਕਿਸੇ ਦੇ ਕੇਸ ਦਾ ਪਤਾ ਹੈ ਕਿ ਹਾਲੇ ਤੁਹਾਡੇ ਹਾਈ ਕੋਰਟ 'ਤੇ ਤੁਸੀਂ ਨਹੀਂ ਖੋਲ੍ਹੇ ਹਾਊ ਆਰ ਯੂ ਬੇਸਿੰਗ ਯੋਰ ਆਪਣਾ ਤੁਸੀਂ ਆਪਣਾ ਕੇਸ ਕੈਪਟਨ ਸਾਹਿਬ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਪਟਿਆਲਾ ਰੋਇਲ ਫੈਮਿਲੀ ਨੂੰ ਬੜਾ ਮਹੱਤਵਪੂਰਨ ਦਰਜਾ ਦਿੱਤਾ ਜਾਂਦਾ ਹੈ ਉਸੇ ਰੋਇਲ ਫੈਮਿਲੀ ਦੇ ਵਿੱਚ ਤੁਸੀਂ ਪੰਜਾਬ ਲੋਕ ਕਾਂਗਰਸ ਨੂੰ ਰਿਪ੍ਰਜੈਂਟ ਕਰ ਰਹੇ ਹੋ ਮਹਾਰਾਣੀ ਸਾਹਿਬ ਕਾਂਗਰਸ ਨੂੰ ਰਿਪ੍ਰਜੈਂਟ ਕਰ ਰਹੇ ਨੇ ਕੀ ਤੁਹਾਡਾ ਆਪਸ 'ਚ ਤਾਲਮੇਲ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਤੁਸੀਂ ਦੱਸੋ ਨਹੀਂ ਤੁਸੀਂ ਦੱਸੋ ਨਾ ਜੀ ਕੈਪਟਨ ਸਾਹਿਬ ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਕਾਫੀ ਲੰਬਾ ਸਮਾਂ ਰਹੇ ਹੋ ਪਰ ਇਹਦਾ ਜਵਾਬ ਦੇ ਦਿਓ 52 ਸਾਲ ਰਹੇ ਆ 52 ਸਾਲ ਕਾਂਗਰਸ ਨਹੀਂ ਰਿਹਾ ਕਾਂਗਰਸ ਮੈਂ ਰਿਹਾ 42 ਸਾਲ 10 ਸਾਲ ਮੈਂ ਛੱਡ ਗਿਆ ਸੀ ਜਦ ਤੁਹਾਡਾ ਨਾ ਉਹ ਜਵਾਬ ਨਹੀਂ ਆਈ ਕਾਂਟ ਕਮੈਂਟ ਔਨ ਐਨੀਬਾਡੀ ਔਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਕਮਿਸ਼ਨਰ ਹੈ ਔਰ ਫਤਿਹ ਬਾਜਵਾ ਦੂਜੇ ਪਾਸੇ ਹੈ ਹੁਣ ਉਹਨਾਂ ਨੂੰ ਪੁੱਛ ਲਓ ਆਓ ਕੈਨ ਯੂ ਕਮੈਂਟ ਆਪਣੀ ਆਪਣੀ ਸੋਚ ਹੁੰਦੀ ਹੈ ਜਿਹੜੇ ਮੰਤਰੀ ਤੁਹਾਡੇ ਖਿਲਾਫ ਪਹਿਲਾਂ ਹਾਈ ਕਮਾਂਡ ਨੂੰ ਮਿਲਦੇ ਰਹੇ ਆ ਹੁਣ ਉਹੀ ਮੰਤਰੀ ਜਾ ਕੇ ਸਿੱਧੂ ਸਾਹਿਬ ਦੇ ਖਿਲਾਫ ਮਿਲ ਰਹੇ ਨੇ ਜਾਂ ਹਾਈ ਕਮਾਂਡ ਫਿਰ ਆਪ ਹੀ ਸਮਝ ਲਓ ਕਿ ਉਹਨਾਂ ਦੀ ਕਾਬਲੀਅਤ ਕੀ ਹੈ ਮੰਤਰੀ ਦੀ ਬੀਜੇਪੀ ਜਿੱਤ ਸਕਦੀ ਹੈ ਮੈਂ ਉਹਨਾਂ ਦੀ ਸਪੋਰਟ ਕਰੂੰ ਔਰ ਅਗਰ ਢੀਂਡਸਾ ਸਾਹਿਬ ਦੀ ਹੈ ਮੈਂ ਸਪੋਰਟ ਕਰੂੰ ਅਗਰ ਅਸੀਂ ਕਦੋਂ ਜਿੱਤ ਸਕਦੇ ਹਾਂ ਸਾਡੀ ਸਪੋਰਟ ਉਹ ਕਰੇ ਸੋ ਅਸੀਂ ਇੱਕ ਦੂਜੇ ਦੀ ਸਪੋਰਟ ਕਰਕੇ ਲੜਾਂਗੇ ਸਾਡਾ ਤਾਂ ਇੱਕ ਮਕਸਦ ਹੈ ਇਸ ਸਰਕਾਰ ਨੂੰ ਕੱਢਣਾ ਔਰ ਇੱਕ ਸਰਕਾਰ ਬਣਾਉਣੀ ਜਿਹੜੀ ਪੰਜਾਬ ਦਾ ਭਵਿੱਖ ਦੇਖ ਸਕੇ। ਦੈਟਸ ਆਲ ਹੁਣ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਬੀਜੇਪੀ ਬੜੀ ਸਟਰੋਂਗ ਹੈ ਪਰ ਸਾਡੇ ਜੋ ਉੱਥੇ ਹੱਕ ਬਣਦਾ ਦੈਟ ਇਜ਼ ਅ ਮੈਟਰ ਇਨ ਦ ਮੰਡ ਸਰ ਲਾਸਟ ਟਾਈਮ ਕੋਵਿਡ ਹਾਰਡ ਡਿਸੀਜਨ ਲੈ ਕੇ ਕਾਫੀ ਸੇਫਟੀ ਰੱਖੀ ਹੈ ਮੈਂ ਸਮਝ ਰਿਹਾ ਨਹੀਂ ਸੌਰੀ ਇੱਕ ਮਿੰਟ ਸਰ ਲਾਸਟ ਟਾਈਮ ਕੋਵਿਡ ਟਾਈਮ ਤੁਸੀਂ ਕਾਫੀ ਹਾਰਡ ਡਿਸੀਜਨ ਲੈ ਕੇ ਜਸਟ ਡਿਸੀਜਨ ਲੈ ਕੇ ਨਾਲ ਦੀ ਨਾਲ ਲੋਕਾਂ ਨੂੰ ਪ੍ਰੋਟੈਕਟ ਕੀਤਾ ਇਸ ਵਾਰ ਉਹਨਾਂ ਨਹੀਂ ਹੋਇਆ ਜਿਸ ਦਾ ਦੇਖਣਾ ਪਿਆ ਕਿ ਪਟਿਆਲੇ ਦੇ ਵਿਸ਼ਵਾਸ ਮੈਂ ਇੱਕ ਕੋਈ ਤੁਹਾਡੇ ਰਾਈ ਤੁਸੀਂ ਮੈਨੂੰ ਖੁਸ਼ੀ ਹੈ ਗੱਲ ਤੁਸੀਂ ਕੀਤੀ ਹੈ ਮੇਰੇ ਟਾਈਮ 'ਚ ਜਦੋਂ ਪਹਿਲਾਂ ਕੋਵਿਡ ਦਾ ਵੇਵ ਆਇਆ ਨਾ ਪਹਿਲਾ ਔਰ ਦੂਸਰਾ ਇੱਕ 16 ਲੱਖ ਬੰਦਿਆਂ ਕੋਵਿਡ ਹੋਇਆ ਪੰਜਾਬ 'ਚ ਔਰ 1,60,000 ਬੰਦੇ ਮਰੇ ਨੇ ਪੰਜਾਬ 'ਚ ਪਲੀਜ਼ ਬੀ ਕੇਅਰਫੁਲ ਅਬਾਊਟ ਦਿਸ ਅੱਜ ਲੰਡਨ ਦੇ ਵਿੱਚ ਪਰਸੋਂ ਦਾ ਮੈਂ ਆਂਕੜੇ ਦੇਖੇ ਸੀ ਕੱਲ੍ਹ ਤਾਂ ਮੈਂ ਬਾਹਰ ਗਿਆ ਸੀ 22 ਲੱਖ ਬੰਦਿਆਂ ਨੂੰ ਇੱਕ ਦਿਨ 'ਚ ਕੋਵਿਡ ਹੋਇਆ ਸੋ ਪਲੀਜ਼ ਮੇਰੀ ਬੇਨਤੀ ਹੈ ਕਿ ਤੁਸੀਂ ਮਾਸਕ ਪਾਓ ਔਰ ਸਾਰਿਆਂ ਦੇ ਰਾਹੀਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ 'ਚ ਮਾਸਕ ਪਾਓ ਢੀਂਡਸਾ ਸਾਹਿਬ ਅੱਜ ਕੋਵਿਡ ਦੇ ਨਾਲ ਸ਼ਿਕਾਰ ਨੇ ਕੇਜਰੀਵਾਲ ਸ਼ਿਕਾਰ ਨੇ ਵਾਹਿਗੁਰੂ ਕਰੇ ਦੋਨੋਂ ਠੀਕ ਹੋ ਜਾਣ ਰਾਜੀ ਹੋਣ ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹੀ ਗੱਲ ਕਿਸੇ ਨੂੰ ਹੋਵੇ ਲੇਕਿਨ ਸਾਰੇ ਪੰਜਾਬੀ ਮੇਰੇ ਬੱਚੇ ਨੇ ਮੇਰੇ ਵੀਰ ਨੇ ਸਾਰਿਆਂ ਨੂੰ ਮੈਨੂੰ ਬੇਨਤੀ ਹੈ ਤੁਸੀਂ ਪਾਓ ਔਰ ਆਪਾਂ ਇਸ ਓਮਿਕਰੋਨ ਹੁਣ ਮੈਂ ਪਾ ਲੈਣਾ ਹੋਰ ਹੁਣ ਦੱਸੋ ਕੋਈ ਗੱਲ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਫੀਲਡ ਕੀਤਾ ਕਾਂਗਰਸ ਹਰ ਤਰ੍ਹਾਂ ਦੀ ਸਪੋਰਟ ਕਰਦੀ ਹੈ ਤੁਸੀਂ ਪਟਿਆਲੇ ਤੋਂ ਚੋਣ ਲੜੋਗੇ ਮੈਂ ਲੜੂੰਗਾ ਮੈਂ ਹੋਰ ਕਿੱਥੇ ਮੈਨੂੰ ਭੇਜਣਾ